ਇਹਦਾ ਵੀ ਇੱਕ ਮੁਕੱਦਮਾ 11/21 ਅਤੇ ਐਂਟੀ ਪੈਸ ਦਾ ਦਰਜ ਹੋਇਆ ਸੀ ਥਾਣਾ ਬੀਜਗੜ੍ਹ ਬਾਰਮੇੜ ਰਾਜਸਥਾਨ ਦੇ ਵਿੱਚ। ਇਹ ਵਿੱਚ ਅੰਗਰੇਜ਼ ਸਿੰਘ ਦੋਸ਼ੀ ਸੀ, ਇਹ ਉੱਥੋਂ ਮੌਕੇ 'ਤੇ ਭੱਜ ਗਿਆ ਸੀ। ਇਹਨੂੰ ਫੜਨ ਵਾਸਤੇ ਰਾਜਸਥਾਨ ਦੀ ਪੁਲਿਸ ਲੱਭਦੀ ਫਿਰਦੀ ਸੀ ਇਹਨੂੰ। ਇਹਨਾਂ ਨੇ 19/2 ਨੂੰ ਪਤਾ ਲੱਗਾ ਵੀ ਇਹ ਮੋਹਾਲੀ ਫਿਰਦੇ ਨੇ, ਅਤੇ 19/2 ਨੂੰ ਇਹਨਾਂ ਦਾ ਪਿੱਛਾ ਕੀਤਾ ਅਤੇ ਜੋ ਬੰਦੇ ਸੀ ਗੱਡੀ ਛੱਡ ਕੇ ਹਨੇਰ ਦਾ ਲਾਭ ਕਰਕੇ ਅਤੇ ਉੱਥੋਂ ਭੱਜ ਗਏ ਸੀ। ਇਹ ਉਦੋਂ 4 ਬੰਦੇ ਸੀ। ਇਹ ਫਿਰ ਥਾਣਾ ਫੇਸ 1 ਵਿੱਚ ਗੱਡੀ ਜ਼ਬਤ ਕਰਕੇ ਉਹਨਾਂ ਨੇ ਬੰਦ ਕਰਤੀ ਹੈ 102 CRPS, ਉਹਦੇ ਵਿੱਚ ਰਫ ਨੰਬਰ 25 ਪਾਈ ਆ 19/2/21 ਨੂੰ ਫੇਸ 1 ਮੋਹਾਲੀ 'ਚ। ਉਸ ਤੋਂ ਬਾਅਦ ਇਹਨਾਂ ਨੂੰ ਫਿਰ ਲੱਗਾ ਪਤਾ ਵੀ ਇਹ ਬੰਦੇ ਲੁਧਿਆਣੇ ਇਕੱਠੇ ਹੋਏ ਨੇ, ਅੰਗਰੇਜ਼ ਸਿੰਘ ਵਿੱਚ ਹੈਗਾ ਸੀ ਇਹਨਾਂ ਦੇ। ਅੰਗਰੇਜ਼ ਸਿੰਘ ਨੂੰ ਲੱਭਣ ਵਾਸਤੇ ਇਹਨਾਂ ਨੇ ਟਰੈਪ ਲਾਇਆ ਇਹਨਾਂ ਨੇ, ਅਤੇ ਗੁਪਤ ਸੂਚਨਾ ਮਿਲੀ ਇਹਨਾਂ ਨੂੰ। ਇਹ ਬੰਦੇ ਸਾਰੇ ਇਕੱਠੇ ਹੋ ਕੇ, ਗੱਡੀ ਸੀ ਇੱਕ BRO-1PG-2162 ਜਿਹਨੂੰ ਅੰਗਰੇਜ਼ ਸਿੰਘ ਚਲਾਉਣ ਡਿਆ ਸੀ, ਇਹ ਲੁਧਿਆਣੇ ਵੱਲੋਂ ਫਿਰੋਜ਼ਪੁਰ ਨੂੰ ਆ ਰਿਹਾ ਸੀ, ਅਤੇ ਫਿਰੋਜ਼ਪੁਰ 'ਚ ਆ ਕੇ ਲੋਕਲ ਪੁਲਿਸ ਦੀ ਇਮਦਾਦ ਨਾਲ ਇਹਨਾਂ ਨੇ ਹਾਈਵੇ ਦਾ ਪੈਟਰੋਲਿੰਗ ਕੀਤੀ ਸੀ। ਇਹਨਾਂ ਨੇ ਉੱਥੇ ਨਾਕਾ ਲਾਇਆ, ਨਾਕਾ ਲੱਗਾ ਸੀ ਅਤੇ ਗੱਡੀ ਭਜਾ ਕੇ ਲੈ ਕੇ ਆਉਣ ਡਿਆ ਸੀ। ਜਦੋਂ ਪਤਾ ਲੱਗਾ ਵੀ ਇੱਕ ਬੰਦਾ ਸਾਨੂੰ ਪੁਲਿਸ ਪੈ ਗਈ ਸਾਨੂੰ ਰਾਜਸਥਾਨ ਦੀ, ਇਹਨਾਂ ਵਿੱਚੋਂ ਇੱਕ ਨੇ ਫਾਇਰ ਕਰਤਾ, ਅਤੇ ਉਹਨੂੰ ਰੋਕਣ ਵਾਸਤੇ ਰਾਜਸਥਾਨ ਦੀ ਪੁਲਿਸ ਨੇ ਉਹਨਾਂ ਦੇ ਟਾਇਰ 'ਚ ਮਾਰਨਾ ਚਾਹਿਆ, ਪਰ ਗੋਲੀ ਟਾਇਰ 'ਚ ਨਾ ਵੱਜੀ ਅਤੇ ਉਸ ਦਰਵਾਜ਼ੇ 'ਚ ਵੱਜ ਗਈ, ਅਤੇ ਦਰਵਾਜ਼ੇ ਵਿੱਚ ਨਾਲ ਲੱਗਦੇ ਉਹਦੇ ਥੱਲੇ ਚਿੱਤਰਾਂ 'ਚ ਲੱਗ ਗਈ ਉਹਦੇ ਬੰਦੇ ਦੇ। ਕਿੰਨੇ ਜਣੇ ਸੀ ਜਿਹੜੇ ਆਏ ਸੀ? ਇੱਥੇ 3 ਬੰਦੇ ਸੀ, ਇਹ 3 ਸੀ। ਉਸ ਤੋਂ ਬਾਅਦ ਇਹਨਾਂ ਨੂੰ ਮੌਕੇ 'ਤੇ ਫੜ ਲਿਆ। ਜਿਹੜੀ ਗੋਲੀ ਲੱਗੀ ਸੀ ਉਹ ਮਰਦ ਆਇਆ ਸੀ ਆਪਣਾ ਜਰਨੈਲ ਸਿੰਘ, ਉਹ ਨਾਲ ਬੈਠਾ ਹੋਇਆ ਸੀ। ਇਹਨਾਂ ਕੋਲ 20 ਰੌਂਦ ਸੀ 32 ਬੋਰ ਦੇ, ਉਹ ਬਰਾਮਦ ਹੋਏ। ਇੱਕ ਚਾਬੀ ਹੈ ਇਹਨਾਂ ਕੋਲ ਹੱਥਕੜੀ ਖੋਲ੍ਹਣ ਦੀ, ਉਹ ਚਾਬੀ ਕਿਸੇ ਵੀ ਹੱਥਕੜੀ ਲਾਓ ਅਤੇ ਉਹ ਤਾਰਾ ਹੱਥਕੜੀ ਖੁੱਲ ਜਾਂਦੀ ਹੈ। ਇਹਨਾਂ ਦੀ ਹੁਣ ਰਿਮਾਂਡ ਲੈ ਕੇ ਅਸੀਂ ਅੱਜ ਪੇਸ਼ ਕਰਨਾ ਇਹਨਾਂ ਨੂੰ, ਰਿਮਾਂਡ ਲੈ ਕੇ ਜਿਹੜਾ ਪਿਸਤੌਲ ਸੀ ਉਹ ਬਰਾਮਦ ਕਰਾਵਾਂਗੇ, ਅਤੇ ਹੋਰ ਇਹਨਾਂ ਨੇ ਕੀ ਵਾਰਦਾਤਾਂ ਕੀਤੀਆਂ ਨੇ। ਇੱਕ ਵਰਿੰਦਰ ਸਿੰਘ ਹੈ ਜਿਹਦੀ ਗੱਡੀ ਉੱਥੇ ਫੜੀ ਗਈ ਹੈ, ਪਤਾ ਲੱਗਾ ਸਾਨੂੰ ਹੁਣ BB-05AK-7003, ਇਹ ਗੱਡੀ ਇੱਥੋਂ ਦੀ ਲੋਕਲ ਹੈਗੀ ਆ, ਅਤੇ ਉਹ ਮੁਲਜ਼ਮ ਵਿੱਚ 4 ਬੈਠੇ ਸੀ, ਉਹਨਾਂ ਦੇ ਕੀ ਸਹੂਲਤ ਆ ਇਹ ਪਤਾ ਕੀਤਾ ਜਾਊਗਾ। ਅੰਗਰੇਜ਼ ਸਿੰਘ ਦੇ ਖਿਲਾਫ਼ ਵਾਲੀ ਪਤਾ ਕਰ ਰਹੇ ਹਾਂ, ਪਰ ਜਿਹੜੇ ਜਰਨੈਲ ਸਿੰਘ ਦੇ ਖਿਲਾਫ਼ ਆ ਇਹ ਕਰੀਬ 6 ਮੁਕੱਦਮੇ ਦਰਜ ਆ, ਅਤੇ ਇੱਕ ਯਾਦਵੰਦਰ ਹੋਰ ਭੱਜਿਆ ਸੀ ਉਹਦੇ ਖਿਲਾਫ਼ 2 ਮੁਕੱਦਮੇ ਦਰਜ ਆ। ਕਿੰਨੇ ਬੰਦੇ ਅਰੈਸਟ? ਫਿਲਹਾਲ ਇੱਕ ਬੰਦਾ ਅਰੈਸਟ ਆ, ਅਤੇ ਦੂਜੇ ਨੂੰ ਫੜ ਲਾਂਗੇ। ਇਹ ਅੰਗਰੇਜ਼ ਸਿੰਘ ਗੱਡੀ ਵੀ ਹੈਗੀ ਆ, ਬਰਾਮਦ ਕਰ ਲਈ ਅਸੀਂ। ਜਰਨੈਲ ਸਿੰਘ ਨਾਲ ਸਹੂਲਤ ਸੀ ਜਦੋਂ ਮੋਹਾਲੀ ਗਏ ਨੇ, ਉਦੋਂ ਵੀ ਨਾਲ ਸੀ, ਉਦੋਂ ਭੱਜ ਗਿਆ ਸੀ ਇਹ, ਅਤੇ ਇੱਥੇ ਕੁਦਰਤੀ ਇਹਦੇ ਗੋਲੀ ਲੱਗ ਗਈ ਜਿਸ ਕਰਕੇ ਜ਼ਖਮੀ ਹੋ ਗਿਆ, ਅਤੇ ਇਲਾਜ ਚੱਲ ਰਿਹਾ। ਸਰ ਜਿਹੜੇ ਹੱਥਕੜੇ ਦੇ ਮਾਸਟਰ ਕੀ ਨਾਲ ਲੈ ਕੇ ਫਿਰਦੇ ਨੇ, ਲੱਗਦਾ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦਿੰਦੇ? ਯੈਸ, ਇਹਨਾਂ ਨੇ ਕੋਈ ਨਾ ਕੋਈ ਕਿਸੇ ਕੈਦੀ ਨੂੰ ਛੁਡਾਉਣਾ ਸੀ, ਚਾਬੀ ਨਾਲ ਖੋਲ੍ਹ ਕੇ ਉਹਨੂੰ ਉੱਥੇ ਭਜਾ ਲੈਣਾ ਸੀ। Don't forget to like, comment and share.